If you like this video, please subscribe the channel, like and share this video. ਸਤਿ ਸ਼੍ਰੀ ਅਕਾਲ ਐਵਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਣਜੀਤ ਕੌਰ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀ ਹੈਡਲਾਈਨਸ ਤੇ ਪਾਕਿਸਤਾਨ ਦੀ ਫਾਇਰਿੰਗ ਵਿੱਚ ਸ਼ਹੀਦ ਹੋਏ ਜਵਾਨ ਬਖਤਾਵਰ ਸਿੰਘ ਦਾ ਕੀਤਾ ਗਿਆ ਅੰਤਿਮ ਸੰਸਕਾਰ ਸ਼ਹੀਦ ਦੀ ਪਤਨੀ ਜਸਵੀਰ ਕੌਰ ਨੇ ਪਾਕਿਸਤਾਨ ਮੁਰਦਾਬਾਦ ਦੇ ਲਗਾਏ ਨਾਰੇ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਤੇ ਲਗਾਈ ਬ੍ਰੇਕ ਬਾਦਲਾਂ ਦਾ ਕੋਈ ਵੀ ਨਾਜਾਇਜ਼ ਵਪਾਰ ਨਹੀਂ ਹੋਣ ਦਿੱਤਾ ਜਾਵੇਗਾ ਕਿਹਾ ਸਿੱਧੂ ਨੇ ਪੰਜਾਬ ਵਿੱਚ ਮੌਨਸੂਨ ਦੀ ਬਰਸਾਤ ਆਮ ਨਾਲੋਂ 10 ਦਿਨ ਪਹਿਲਾਂ 20 ਜੂਨ ਨੂੰ ਪ੍ਰੀ ਮੌਨਸੂਨ ਦੀ ਉਡੀਕ ਹੋ ਜਾਵੇਗੀ ਖਤਮ ਜਲੰਧਰ ਵਿੱਚ ਹਵਾਲਾਤ ਵਿੱਚ ਕੈਦੀ ਨੇ ਲਿਆ ਫਾਹਾ ਐਸਐਚਓ ਤੇ ਮੁਨਸ਼ੀ ਖਿਲਾਫ ਮਾਮਲਾ ਦਰਜ ਤੇ ਹੁਣ ਖਬਰਾਂ ਵਿਸਥਾਰ ਨਾਲ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਸ਼ਹੀਦ ਹੋਏ ਭਾਰਤੀ ਸੈਨਾ ਦੇ ਜਵਾਨ ਬਖਤਾਵਰ ਸਿੰਘ ਦਾ ਅੰਤਿਮ ਸੰਸਕਾਰ ਸ਼ਹੀਦ ਦੇ ਜੱਦੀ ਪਿੰਡ ਵਿਖੇ ਕਰ ਦਿੱਤਾ ਗਿਆ 8 ਸਿੱਖ ਬਟਾਲੀਅਨ ਵਿੱਚ ਨਾਇਕ ਬਖਤਾਵਰ ਸਿੰਘ ਦੀ ਦੇਹ ਜਦੋਂ ਉਹਨਾਂ ਦੇ ਜੱਦੀ ਪਿੰਡ ਪਹੁੰਚੀ ਤਾਂ ਸ਼ਹੀਦ ਦੀ ਪਤਨੀ ਜਸਵੀਰ ਕੌਰ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਵੀ ਲਗਾਏ ਇਸ ਮੌਕੇ ਤੇ ਸੈਨਾ ਦੇ ਜਵਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਸ਼ਹੀਦ ਆਪਣੇ ਪਿੱਛੇ ਪਤਨੀ ਤੇ 3 ਬੱਚਿਆਂ ਨੂੰ ਛੱਡ ਗਿਆ ਬਖਤਾਵਰ ਸਿੰਘ ਨੇ ਜੂਨ ਮਹੀਨੇ ਦੇ ਅੰਤ ਵਿੱਚ ਛੁੱਟੀ ਤੇ ਆਉਣਾ ਸੀ ਪਰ ਸ਼ੁੱਕਰਵਾਰ ਨੂੰ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਉਹ ਸ਼ਹੀਦ ਹੋ ਗਏ ਸ਼ਹੀਦ ਦੇ ਪਿਤਾ ਪ੍ਰੀਤਮ ਸਿੰਘ ਦੇ 2 ਪੁੱਤਰ ਨੇ ਤੋ ਮੈਂ ਸਮਝਦਾ ਹਾਂ ਕਿ ਕਿਸ ਜਿਸ ਢੰਗ ਸੇ ਉਸਕੀ ਪਤਨੀ ਨੇ ਹੌਸਲਾ ਰੱਖਤੇ ਹੋਏ ਆਰਮੀ ਕੇ ਹੌਸਲੇ ਅਫਜ਼ਾਈ ਕੀ ਹੈ ਮੈਂ ਚਾਹੂੰਗਾ ਕਿ ਆਪ ਉਹ ਵੀਡੀਓ ਜ਼ਰੂਰ ਲੋਕਾਂ ਕੋ ਦਿਖਾਏ ਕਿ ਕਿਸ ਢੰਗ ਸੇ ਉਹਨੇ ਭਾਰਤ ਮਾਤਾ ਕੀ ਜੈ ਆਰਮੀ ਕੀ ਜਿੰਦਾਬਾਦ ਔਰ ਪਾਕਿਸਤਾਨ ਮੁਰਦਾਬਾਦ ਕੋ ਕਹਾ ਹੈ ਦੂਸਰੀ ਬਾਤ ਜੋ ਵਹਾਂ ਕੇ ਹਾਲਾਤ ਹੈ ਮੈਂ ਸਮਝਦਾ ਹਾਂ ਕਿ ਜੋ ਹਮਾਰੀ ਆਰਮੀ ਹੈ ਉਸਨੇ ਇੱਕ ਅੱਛੇ ਢੰਗ ਸੇ ਪ੍ਰੈਸ਼ਰ ਬਣਾਇਆ ਹੋਇਆ ਹੈ ਇਸਕੇ ਕਾਰਨ ਪਾਕਿਸਤਾਨ ਮੇ ਕਾਫੀ ਬੁਗਲਾਹਟ ਹੈ ਵੋ ਬੁਗਲਾਹਟ ਕਾ ਕਾਰਨ ਹੈ ਕਿ ਵੋ ਬਿਨਾਂ ਬਾਤ ਕੇ ਸੀਜ਼ ਫਾਇਰ ਕਰ ਰਹਾ ਹੈ ਜੈਸੇ ਆਪਨੇ ਦੇਖਾ ਹੈ ਕਿ ਸ਼੍ਰੀਨਗਰ ਮੇ ਵੀ ਸਿਕਿਉਰਿਟੀ ਫੋਰਸਿਸ ਔਰ ਆਰਮੀ ਨੇ ਆਪਣਾ ਦਬਦਬਾ ਬਣਾ ਕੇ ਰੱਖਾ ਹੈ ਜੋ ਕੱਲ ਸ਼ਹੀਦ ਹੋਏ ਹੈ ਲਾਈਨ ਆਫ ਕੰਟਰੋਲ ਪੇ ਪਾਕਿਸਤਾਨ ਨੇ ਸੀਜ਼ ਫਾਇਰ ਕਾ ਵਾਇਓਲੇਸ਼ਨ ਕੀਆ ਔਰ ਇਹ ਤਕਰੀਬਨ ਕੱਲ ਸੁਬਹਾ 4 ਸੇ 5 ਵਜੇ ਕੇ ਬੀਚ ਕੀ ਬਾਤ ਹੈ ਕਲਸੀਆਂ ਬਟਾਲੀਅਨ ਨਸ਼ਹਿਰਾ ਸੈਕਟਰ ਮੇ ਨਾਇਕ ਬਖਤਾਵਰ ਸਿੰਘ 8 ਸਿਖਲਾਈ ਕੇ ਅੰਦਰ ਤਾਇਨਾਤ ਥੇ ਤੋ ਉਨਕੋ ਦੁਸ਼ਮਨ ਕੀ ਜੋ ਬੁਲੇਟ ਹੈ ਉਸਨੇ ਹਿੱਟ ਕੀਆ ਔਰ ਉਸਕੇ ਬਾਅਦ ਵੋ ਸ਼ਹੀਦੀ ਪ੍ਰਾਪਤ ਕਰ ਗਏ ਔਰ ਆਜ ਉਨਕਾ ਪਾਰਥਿਵ ਸਰੀਰ ਯਹਾਂ ਪਹੁੰਚਾ ਹੈ ਉਸਕਾ ਅੰਤਿਮ ਸੰਸਕਾਰ ਕੀਆ ਗਿਆ ਹੈ ਉਸਮੇ ਹਮਾਰੇ ਸਿਵਲ ਐਡਮਿਨਿਸਟ੍ਰੇਸ਼ਨ ਕੀ ਪੂਰੀ ਅਥਾਰਿਟੀਜ਼ ਬ੍ਰਿਗੇਡੀਅਰ ਜੇਐਸ ਅਰੋੜਾ ਡਾਇਰੈਕਟਰ ਡਿਫੈਂਸ ਸਰਵਿਸਿਜ਼ ਵੈਲਫੇਅਰ ਪੰਜਾਬ ਚੰਡੀਗੜ੍ਹ ਸੇ ਚਲ ਕੇ ਆਏ ਹੈ ਔਰ ਐਮਐਲਏ ਸਾਹਿਬ ਹੈ ਉਸਕੇ ਇਲਾਵਾ ਐਸਡੀਐਮ ਸਾਹਿਬ ਡੀਐਸਪੀ ਸਾਹਿਬ ਔਰ ਆਰਮੀ ਕੀ ਅਥਾਰਿਟੀਜ਼ ਜੋ ਕਿ ਉੱਚੀ ਬਸੀ ਕੇ ਸਟੇਸ਼ਨ ਕਮਾਂਡਰ ਸਾਹਿਬ ਹੈ ਉਹ ਵੀ ਆਏ ਹੈ ਔਰ ਬਾਕੀ ਪੂਰਾ ਇੰਤਜ਼ਾਮ ਫੌਜ ਨੇ ਕੀਆ ਹੋਇਆ ਥਾ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਦੀ ਹਰੀ ਕੇ ਪਤਨ ਵਿੱਚ ਚੱਲਣ ਵਾਲੀ ਪਾਣੀ ਦੀ ਬੱਸ ਤੇ ਰੋਕ ਲਗਾ ਦਿੱਤੀ ਹੈ ਹਰੀ ਕੇ ਪਤਨ ਵਿੱਚ ਪੁੱਜੇ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਪੀਆਰਟੀਸੀ ਮੁਨਾਫੇ ਵਿੱਚ ਨਹੀਂ ਆ ਜਾਂਦਾ ਉਸ ਸਮੇਂ ਤੱਕ ਪਾਣੀ ਵਾਲੀ ਬੱਸ ਤੇ ਰੋਕ ਲੱਗੀ ਰਹੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਦਲਾਂ ਦਾ ਕੋਈ ਵੀ ਨਾਜਾਇਜ਼ ਵਪਾਰ ਨਹੀਂ ਹੋਣ ਦਿੱਤਾ ਜਾਵੇਗਾ ਤੁਹਾਡਾ ਸਾਰਿਆਂ ਦਾ ਕੋਟੀ ਕੋਟੀ ਧੰਨਵਾਦ ਇੱਕ ਇੱਕ ਰੋਮ ਦੇ ਕਰੋੜ ਕਰੋੜ ਜ਼ਬਾਨ ਲੱਗੇ ਤੇ ਤੁਹਾਡਾ ਧੰਨਵਾਦ ਕਰੀਏ ਤੇ ਨਹੀਂ ਹੋਣਾ ਤੁਸੀਂ ਜਾਂਬਾਜ਼ ਯੋਧੇ ਹੋ ਪੰਜਾਬ ਦੇ ਗੱਲ ਚੱਲਦੀ ਹੈ ਜਦੋਂ ਬਹਾਦਰੀ ਦੀ ਬਾਤ ਕਰਦਾ ਜੱਗ ਪੰਜਾਬੀਆਂ ਦੀ ਭਾਰਤ ਜਸਮ ਸਾਡਾ ਪੰਜਾਬ ਰੂਹ ਸਾਡੀ ਅੰਮ੍ਰਿਤਸਰ ਤੇ ਤਰਨ ਤਰਨ ਹੈ ਪੱਗ ਪੰਜਾਬੀਆਂ ਦੀ ਤੁਸੀਂ ਸਾਡੀ ਪੱਗ ਹੋ ਇਹ ਪੱਗ ਗਿੱਠ ਗਿੱਠ ਉੱਚੀ ਕਰਨੀ ਹੈ ਇਹਦੇ ਦਾਗ ਨਹੀਂ ਲੱਗਣ ਦੇਣੇ ਤੇ ਅੱਜ ਜੇ ਇੱਥੇ ਆਏ ਹਾਂ ਤੁਹਾਡਾ ਧੰਨਵਾਦ ਵੀ ਹੋ ਜੂ ਤੇ ਬਾਦਲ ਸਾਹਿਬ ਦੀਆਂ ਸ਼ੁਰਲੀਆਂ ਜਿਹੜੀਆਂ ਚੱਲਦੀਆਂ ਨੇ ਇਹਨਾਂ ਨੂੰ ਵੀ ਠੱਪ ਕਰਾਂਗੇ ਵੀਰੋ ਮੇਰਾ ਤਾਂ ਨਾਰਾ ਸੀ ਇਲੈਕਸ਼ਨ ਤੋਂ ਪਹਿਲਾਂ ਕੋਠੇ ਤੋਤਾ ਬਹਿਣ ਨਹੀਂ ਦੇਣਾ ਜੀਜਾ ਸਾਲਾ ਰਹਿਣ ਨਹੀਂ ਦੇਣਾ ਬੜੇ ਸੋਨ ਫੋਰ ਗੁੱਡ ਹੈਲਥ ਪਲੀਜ਼ ਸਬਸਕ੍ਰਾਈਬ A1 ਹੈਲਥ ਕੇਅਰ ਫੋਰ ਬੈਟਰ ਮਿਊਜ਼ਿਕ ਸਬਸਕ੍ਰਾਈਬ A1 ਮਿਊਜ਼ਿਕ ਫੋਰ ਬੈਸਟ ਇਨਫੋਰਮੇਸ਼ਨਲ ਪ੍ਰੋਗਰਾਮਸ ਪਲੀਜ਼ ਸਬਸਕ੍ਰਾਈਬ A1 ਪੰਜਾਬੀ ਟੀਵੀ ਐਂਡ ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ A1 ਨਿਊਜ਼ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਮੌਨਸੂਨ ਆਮ ਨਾਲੋਂ 10 ਦਿਨ ਪਹਿਲਾਂ ਪੁੱਜ ਜਾਵੇਗੀ 20 ਜੂਨ ਨੂੰ ਪ੍ਰੀ ਮੌਨਸੂਨ ਦੀ ਉਡੀਕ ਖਤਮ ਹੋ ਜਾਵੇਗੀ
जबकि 26 जून तो बरसात पैन लग जाएगी। मानसून विभाग मुताबिक दक्षिण पूर्वी मानसून तेजी नाल अगे वध रही है। इस साल पिछले सालों के मुकाबले मानसून वालों अगाऊ दस्तक देण दे आसार ने। महाराष्ट्र ते मध्य भारत विच बरसात पैन लग पई है। प्री मानसून दे 19 जां 20 जून नूं शुरू होण दी उम्मीद है, जबकि अगले हफ्ते दे अखीर तक बरसात शुरू हो जाएगी। मौसम विभाग ने 16 ते 17 जून नूं हल्के छिट्टे पैण दी संभावना जताई है। दोवें दिन वध तो वध तापमान 36 ते 37 डिग्री रहण दी ਭਵਿੱਖਬਾਣੀ ਹੈ। ਮਸ਼ਹੂਰ ਵਾਲੀ ਦੂਜੀ ਆ, ਪਿਛਲੇ ਕਈ ਦਿਨਾਂ ਤੋਂ ਕਿੰਨੀ ਕੁ ਗਰਮੀ ਪੈ ਰਹੀ ਸੀਗੀ, ਆਪਾਂ ਸ਼ਹਿਰ ਪਟਿਆਲੇ ਦੀ ਗੱਲ ਕਰੀਏ, ਬਹੁਤ ਗਰਮੀ ਪੈ ਰਹੀ ਸੀ, ਬਹੁਤ ਟੈਂਪਰੇਚਰ ਹਾਈ ਸੀ। ਤਾਂ ਜਿਹੜੀ ਅੱਜ ਬਾਰਿਸ਼ ਹੋਈ ਆ, ਹੁਣ ਠੰਡਾ ਮੌਸਮ ਆਇਆ, ਕਿੰਨੀ ਕੁ ਰਾਹਤ ਦਊਗਾ ਜੀ ਲੋਕਾਂ ਨੂੰ? ਬਹੁਤ ਰਾਹਤ ਮਿਲੇ ਜੀ, ਗਰਮੀ ਤਾਂ ਬਹੁਤ ਰਾਹਤ ਮਿਲੇ। ਕਿਹਨੂੰ ਫਾਇਦਾ ਹੋ ਸਕਦਾ ਇਹ ਬਾਰਿਸ਼? ਹਰ ਇੱਕ ਨੂੰ ਫਾਇਦਾ ਹੋਏਗਾ, ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਫਾਇਦਾ ਹੋਏਗਾ, ਜਿਨ੍ਹਾਂ ਨੇ ਪੈਟੀ ਦੀ ਝੋਨਾ ਲਾਉਣਾ ਹੈ, ਉਹਦੇ ਵਾਸਤੇ ਬਹੁਤ ਫਾਇਦਾ ਹੋਏਗਾ। ਅਤੇ ਲੱਗਦਾ ਮੌਸਮ ਦਾ ਅਨੁਮਾਨ ਦੇਖ ਕੇ ਵੀ ਬਾਰਿਸ਼ ਹੋਰ ਪੈਣ ਦੀ ਸੰਭਾਵਨਾ ਹੈ ਜਾਂ ਨਹੀਂ? ਚਲੋ ਮੌਨਸੂਨ ਤਾਂ ਅਜੇ ਨਹੀਂ ਆਇਆ, ਮੌਨਸੂਨ ਤਾਂ ਅਜੇ ਪਿੱਛੇ ਹੈ, ਪਰ ਫਿਰ ਵੀ ਸ਼ੁਰੂਆਤ ਤਾਂ ਹੈ। ਇਹਦੇ ਨਾਲ ਬਹੁਤ ਟੈਂਪਰੇਚਰ ਡਾਊਨ ਆਊਗਾ, ਬਹੁਤ ਰਾਹਤ ਮਿਲੇਗੀ ਹਰ ਇੱਕ ਇਨਸਾਨ ਨੂੰ। ਓਕੇ, ਕੀ ਨਾਮ ਹੈ ਤੁਹਾਡਾ? ਦਰਸ਼ਨ ਜੀ, ਕਿੰਨੀ ਕੁ ਗਰਮੀ ਪੈ ਰਹੀ ਸੀ ਪਿਛਲੇ ਕਈ ਦਿਨ? ਬਹੁਤ ਗਰਮੀ ਪੈ ਰਹੀ ਸੀ। ਹਾਂ, ਅਤੇ ਹੁਣ ਜਿਹੜੀ ਆ ਬਾਰਿਸ਼ ਹੋਈ ਹੈ, ਥੋੜ੍ਹੀ ਬਹੁਤ ਕਿੰਨੀ ਥੋੜ੍ਹੀ ਬਹੁਤੀ ਰਾਹਤ ਦਊਗੀ ਇਹ ਜਾਂ? ਬਿਲਕੁਲ, ਬਹੁਤ ਰਾਹਤ ਹੋਊਗੀ ਜੀ, ਕਿਸਾਨਾਂ ਨੂੰ ਬਹੁਤ ਫਾਇਦਾ ਹੋਊਗਾ, ਝੋਨੇ ਦਾ ਸੀਜ਼ਨ ਚੱਲ ਰਿਹਾ, ਬਾਕੀ ਗਰਮੀ ਤਾਂ ਰਾਹਤ ਮਿਲੇਗੀ। ਇਹ ਬਾਰਿਸ਼ ਲੱਗਦਾ ਤੁਹਾਨੂੰ ਵੀ ਹੋਰ ਪੈ ਸਕਦੀ ਹੈ ਜਿੱਦਾਂ ਦਾ ਮੌਸਮ ਹੋਇਆ? ਦੇਖੋ ਜੀ, ਪੈ ਵੀ ਸਕਦੀ ਹੈ। ਅਤੇ ਕਿੰਨਾ ਕੁ ਇੰਜੋਏ ਹੋ ਰਿਹਾ ਜੀ ਲੋਕਾਂ? ਵਧੀਆ ਇੰਜੋਏ ਹੋ ਰਿਹਾ, ਬਹੁਤ ਵਧੀਆ ਲੱਗ ਰਿਹਾ ਜੀ। ਕਿੰਨਾ ਕੁ ਫਾਇਦਾ ਹੋਊਗਾ ਲੋਕਾਂ ਨੂੰ ਅਤੇ ਕਿਸਾਨਾਂ ਦੀ ਜਿਵੇਂ ਗੱਲ ਕੀਤੀ ਹੈ? ਬਹੁਤ ਵਧੀਆ ਫਾਇਦਾ ਹੋਊਗਾ ਕਿਸਾਨਾਂ ਨੂੰ, ਜਿਹੜੀ ਦਾ ਝੋਨੇ ਦਾ ਸੀਜ਼ਨ ਚੱਲ ਰਿਹਾ, ਅਤੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਵਿਧਾਨ ਸਭਾ ਵਿੱਚ ਚੱਲ ਰਹੇ ਬਜਟ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਹੋਏ ਆਪ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਸਪੀਕਰ ਅਤੇ ਕਾਂਗਰਸ ਸਰਕਾਰ ਤੇ ਗੰਭੀਰ ਦੋਸ਼ ਲਗਾਏ ਨੇ। ਖਹਿਰਾ ਤੇ ਬੈਂਸ ਨੇ ਕਿਹਾ ਹੈ ਕਿ ਉਹਨਾਂ ਹੀ ਕਾਂਗਰਸੀ ਨੇਤਾਵਾਂ ਨੇ ਉਹਨਾਂ ਦੋਵਾਂ ਨੂੰ ਮੁਅੱਤਲ ਕਰਕੇ ਆਪਣੀ ਗੱਲ ਰੱਖਣ ਤੋਂ ਵਾਂਝਾ ਕੀਤਾ, ਜੋ ਪਿਛਲੇ 10 ਸਾਲਾਂ ਦੌਰਾਨ ਵਿਧਾਨ ਸਭਾ ਵਿੱਚ ਇਹੋ ਕਹਿੰਦੇ ਰਹੇ ਨੇ ਕਿ ਸਪੀਕਰ ਨੇ ਉਹਨਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ। ਖਹਿਰਾ ਨੇ ਕਿਹਾ ਕਿ ਉਹਨਾਂ ਦੀ ਮੁਅੱਤਲੀ ਬਿਲਕੁਲ ਪੱਖਪਾਤ ਵਾਲੇ ਤਰੀਕੇ ਨਾਲ ਕੀਤੀ ਗਈ ਹੈ, ਇਹ ਸਪੀਕਰ ਦੀ ਮੁਗਲਈ ਸ਼ਖਸੀਅਤ ਨੂੰ ਦਰਸਾਉਂਦਾ ਹੈ। ਸਪੀਕਰ ਦੀਆਂ ਅਹਿਮਦ ਸ਼ਾਹ ਅਬਦਾਲੀ ਤੋਂ ਵੱਧ ਜ਼ਿਆਦਤੀਆਂ ਦੇ ਸ਼ਿਕਾਰ ਹੈ। ਇਹਨਾਂ ਜ਼ੁਲਮ ਤਾਂ ਮੁਗਲ ਵੀ ਜਿਹੜੇ ਸੀਗੇ ਇਨਵੇਡਰ ਆਉਂਦੇ ਸੀਗੇ, ਕਿਸੇ ਨੂੰ ਫਾਂਸੀ ਦੇਣ ਤੋਂ ਪਹਿਲਾਂ ਉਹ ਵੀ ਪੁੱਛਦੇ ਸੀਗੇ ਕਿ ਤੇਰਾ ਗੁਨਾਹ ਆਹ ਵਾ, ਕੋਈ ਦਲੀਲ ਦੇਣੀ ਹੈ। ਲੇਕਿਨ ਅੱਜ ਦੇ ਯੁੱਗ ਵਿੱਚ ਇਸ ਦੇਸ਼ ਦੇ ਡੈਮੋਕਰੇਟਿਕ ਸਿਸਟਮ ਨੂੰ ਅੱਜ ਸਪੀਕਰ ਨੇ ਬਹੁਤ ਵੱਡੀ ਚੋਟ ਪਹੁੰਚਾਈ ਹੈ। ਸਿਰਫ ਆਪਣੀ ਪਾਰਟੀ ਦੇ ਹੱਥ ਠੋਕਾ ਬਣ ਕੇ, ਉਹਦੀ ਕੱਟਪੁਤਲੀ ਬਣ ਕੇ, ਕਾਂਗਰਸ ਦੀ ਹਦਾਇਤ ਮੰਨ ਕੇ ਸਰਕਾਰ ਦੀ, ਉਸਨੇ ਜੋ ਅੱਜ ਪਹਿਲਾਂ ਤਾਂ ਸਰਦਾਰ ਸਿਮਰਨਜੀਤ ਸਿੰਘ ਬੈਂਸ ਨੂੰ ਕੱਲ੍ਹ ਅਣਮਿੱਥੇ ਸਮੇਂ ਲਈ ਬਕਾਇਆ ਸੈਸ਼ਨ ਲਈ ਸਸਪੈਂਡ ਕਰ ਦਿੱਤਾ ਸੀਗਾ, ਅੱਜ ਮੈਨੂੰ ਵੀ ਉਹਨਾਂ ਨੇ ਸਸਪੈਂਡ ਕੀਤਾ। ਮੇਰੀ ਥੋੜ੍ਹੀ ਜਿਹੀ ਦਲੀਲ ਸੁਣ ਲੈਣਾ, ਅਗਰ ਤੁਸੀਂ ਸਮਝੋਗੇ ਮੈਂ ਗਲਤ ਹੈ, ਆਈ ਵਿਲ ਨੋਟ ਹੈਜ਼ੀਟੇਟ ਟੂ ਅਪੋਲੋਜਾਈਜ਼, ਨੈਵਰ ਐਵਰ। ਹੋਇਆ ਕੀ ਆ ਕਿ ਜਦੋਂ ਖੱਪ ਪਾਈ ਅਕਾਲੀਆਂ ਨੇ ਤਾਂ ਹਾਊਸ ਅਡਜਰਨ ਹੋ ਗਿਆ। ਹੁਣ ਪਿਛਲੇ 2 ਦਿਨ ਤੋਂ ਮੀਡੀਆ 'ਚ ਆ ਰਿਹਾ ਕਿ ਅੱਜ ਦੂਸਰਾ ਦਿਨ ਵੀ ਜਿਹੜਾ ਹੈਗਾ ਉਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਰੌਲੇ ਰੱਪੇ ਦੀ ਭੇਟ ਚੜ੍ਹ ਗਿਆ, ਆਮ ਅਖਬਾਰਾਂ ਦੇ ਵਿੱਚ ਚਰਚਾ ਆ ਰਹੀ ਆ। ਬਾਹਰ ਲੋਕਾਂ 'ਚ ਐਂ ਜਾਣ ਲੱਗ ਜਾਂਦਾ ਕਿ ਇਹ ਕਿ ਸ਼ਾਇਦ ਜਿਹੜੇ ਇਹ MLA ਨੇ ਜਿਹੜੇ ਚੁਣ ਕੇ ਅਸੀਂ ਭੇਜੇ ਵਿਰੋਧੀ ਧਿਰ ਦੇ, ਇਹ ਸਦਨ ਨੂੰ ਅਬਸਟ੍ਰੈਕਟ ਕਰ ਰਹੇ ਨੇ। ਅਸਲੀਅਤ ਇਹ ਨਹੀਂ ਹੈ। ਸਤਿਕਾਰਯੋਗ ਭੈਣੋ ਭਰਾਓ ਪੰਜਾਬੀਓ, ਜਿੱਥੇ ਵੀ ਸੁਣਦੇ ਤੁਸੀਂ ਸਾਰੇ ਵੀਡੀਓ ਮੀਡੀਆ ਵਾਲੇ ਵੀ, ਸਾਡੇ ਕੋਲ ਕੇਵਲ ਤੇ ਕੇਵਲ ਸਦਨ ਵਿੱਚ ਬੋਲਣ ਦਾ ਸਮਾਂ ਦਾ ਮੌਕਾ ਹੈ। ਲੇਕਿਨ ਅਸੀਂ ਜਦੋਂ ਕੋਈ ਗੱਲ ਕਹਿਣਾ ਚਾਹੁੰਦੇ ਹਾਂ, ਤੁਸੀਂ ਉੱਤੋਂ ਪ੍ਰੈਸ ਗੈਲਰੀ 'ਚੋਂ ਦੇਖ ਰਹੇ ਹੋ, ਇੱਕ ਮਿੰਟ ਦਾ ਵੀ ਮੌਕਾ ਦੇਣ ਨੂੰ ਤਿਆਰ ਨਹੀਂ ਗਾ, ਗੱਲ 0 ਆਵਰ ਦੇਣ ਨੂੰ ਤਿਆਰ ਨਹੀਂ। ਕਦੀ ਤੁਸੀਂ ਪਹਿਲਾਂ ਸੁਣਿਆ ਦੇਖਿਆ ਸੀਗਾ ਕਿ ਰੂਲਿੰਗ ਪਾਰਟੀ ਨੂੰ 0 ਆਵਰ ਦਾ ਟਾਈਮ ਦਿੱਤਾ ਜਾਂਦਾ? ਕੱਲ੍ਹ ਬਲਵੀਰ ਸਿੱਧੂ ਨੂੰ 0 ਆਵਰ ਵਿੱਚ ਗੁਣਗਾਨ ਕਰਦੇ ਜੀ, ਕੈਪਟਨ ਸਾਹਿਬ ਦੇ ਇੰਨੀ ਕਰਪਸ਼ਨ ਫੜ ਰਹੀ। ਜਿਹੜਾ ਸਾਡਾ ਰਾਈਟ ਸੀ 0 ਆਵਰ, ਉਹ ਰੂਲਿੰਗ ਪਾਰਟੀ ਨੂੰ ਦਿੱਤਾ ਇਸ, ਔਰ ਜਦੋਂ ਸਾਨੂੰ ਕੋਈ ਸਮਾਂ ਨਹੀਂ ਹੈ ਦੇਣ ਬੋਲਣ ਦਾ, ਖੱਪ ਪੈ ਰਹੀ ਆ, ਅਤੇ ਸਾਡੇ ਕੋਲ ਜਿਹੜਾ ਡੈਮੋਕਰੇਟਿਕ ਰਾਈਟ ਆ ਉਹ ਅਸੀਂ ਉਹਦਾ ਇਸਤੇਮਾਲ ਕਰਦੇ ਹਾਂ। ਅਸੀਂ ਜਾਣ ਬੁੱਝ ਕੇ ਵਾਕਆਊਟ ਕਰਕੇ ਰਾਜ਼ੀ ਨਹੀਂ ਗੇ, ਅਸੀਂ ਜਾਣ ਬੁੱਝ ਕੇ ਬਿੱਲ ਦੇ ਵਿੱਚ ਜਾ ਕੇ ਰਾਜ਼ੀ ਬਿਲਕੁਲ ਨਹੀਂ ਗੇ। ਲੇਕਿਨ ਜਦੋਂ ਸਾਡੇ ਕੋਲ ਕੋਈ ਚਾਰਾ ਹੋਰ ਨਹੀਂ ਬਕਾਇਆ ਬਚਦਾ, ਦੈਨ ਵੀ ਹੈਵ ਨੋ ਆਪਸ਼ਨ ਬਟ ਟੂ ਰਜਿਸਟਰ ਆਵਰ ਪ੍ਰੋਟੈਸਟ। ਹੁਣ ਆ ਗਈ ਅੱਜ ਦਾ ਜਿਹੜਾ ਮੇਰੀ ਸਸਪੈਂਸ਼ਨ ਹੈ,
ਜਦੋਂ ਹਾਊਸ ਅਕਾਲੀ ਦਲ ਤੇ ਕਾਂਗਰਸ ਆਪਸ ਤੁਸੀਂ ਦੇਖ ਲਿਆ ਪੱਗੋ ਲੱਥੀ ਹੋਣ ਦੇ ਤਕਰੀਬਨ ਆ ਗਏ ਸੀ ਬਰਾਬਰ ਪੱਗੋ ਲੱਥੀ ਜਦੋਂ ਐਨ ਬਿਲਕੁਲ ਨੇੜੇ ਆ ਗਏ ਔਰ ਹਾਊਸ ਅਡਜਰਨ ਹੋ ਗਿਆ ਮੈਂ ਸਮਝਿਆ ਕਿ ਕਿਉਂ ਨਾ ਦੁਨੀਆ ਭਰ ਦੇ ਲੋਕਾਂ ਨੂੰ ਇਹ ਦਿਖਾ ਦਿਆਂ ਕਿ ਇਹ ਦੋਨੋਂ ਰਵਾਇਤੀ ਪਾਰਟੀਆਂ ਡਰਾਮਾ ਕੀ ਕਰਦੀਆਂ ਅਤੇ ਸਦਨ ਨੂੰ ਕਿਉਂ ਨਹੀਂ ਚੱਲਣ ਦਿੰਦੀਆਂ ਮੈਂ ਆਪਣੇ ਫੇਸਬੁੱਕ ਅਕਾਊਂਟ ਤੋਂ ਜਿਹੜਾ ਮੇਰਾ ਪੇਜ ਹੈ ਜਿਹਦੇ 'ਚ 3.5 ਲੱਖ ਲੋਕ ਜੁੜੇ ਹੋਏ ਨੇ ਮੈਂ ਉਸ ਤੋਂ ਇੱਕ ਵੀਡੀਓ ਸ਼ੂਟ ਕੀਤੀ ਮੈਂ ਬਿਲਕੁਲ ਇਨਕਾਰ ਨਹੀਂ ਕਰਦਾ ਫੇਸਬੁੱਕ ਲਾਈਵ ਵੀਡੀਓ ਸ਼ੂਟ ਕੀਤੀ ਅਤੇ ਅਕਾਲੀਆਂ ਦਾ ਅਤੇ ਕਾਂਗਰਸ ਦਾ ਆਪਸ ਵਿੱਚ ਜੋ ਇਹ ਕਰ ਰਹੇ ਸੀ ਤਕਰਾਰ ਜਿਹਦੇ ਕਰਕੇ ਸਦਨ ਰੁਕਿਆ ਹੋਇਆ ਸੀਗਾ ਉਹ ਮੈਂ ਸਾਰਾ ਪੱਖ ਜਿਹੜਾ ਸਾਹਮਣੇ ਰੱਖ ਦਿੱਤਾ ਔਰ ਮੈਂ ਉਸ ਗੱਲ ਤੋਂ ਇਨਕਾਰੀ ਮੁਨਕਰ ਨਹੀਂ ਗਾ ਬਿਲਕੁਲ ਵੀ ਔਰ ਜਦੋਂ ਹਾਊਸ ਦੁਬਾਰਾ ਮੀਟ ਕਰਦਾ ਵਾ ਇਮੀਡੀਏਟਲੀ ਬ੍ਰਹਮ ਮਹਿੰਦਰਾ ਜੀ ਮਿਨਿਸਟਰ ਪਾਰਲੀਮੈਂਟਰੀ ਅਫੇਅਰਸ ਇੱਕ ਪ੍ਰਪੋਜ਼ਲ ਦਿੰਦੇ ਨੇ ਸਪੀਕਰ ਨੂੰ ਇੱਥੇ ਵੇਲਾ ਹੋ ਚੁੱਕਾ ਇੱਕ ਛੋਟੇ ਜਿਹਾ ਬ੍ਰੇਕ ਤਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ If you like this video, please subscribe the channel, like and share this video.